ਜ਼ਿਲ੍ਹੇ ਵਿੱਚ ਕੋਰੋਨਾ ਮਹਾਮਾਰੀ ਦੇ ਲਗਾਤਾਰ ਕੇਸ ਵੱਧ ਰਹੇ ਹਨ ਜਿਸ ਦਾ ਮੁੱਖ ਕਾਰਨ ਲੋਕਾਂ ਦੁਆਰਾ ਸਿਹਤ ਵਿਭਾਗ ਦੀਆਂ ਹਦਾਇਤਾਂ ਦਾ ਪਾਲਣਾ ਨਾ ਕਰਨਾ ਹੈ ਅਤੇ ਲੋਕ ਫਿਰ ਬਿਨਾਂ ਮਾਸਕ ਤੋਂ ਘੁੰਮ ਫਿਰ ਰਹੇ ਹਨ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਦੇ ਖੋਜ ਮੰਤਰੀ ਪੰਜਾਬ ਨੇ ਅੱਜ ਕੋਰੋਨਾ ਦੇ ਦੂਜੇ ਪੜਾਅ ਨੂੰ ਲੈ ਕੇ ਮੈਡੀਕਲ ਕਾਲਜ ਵਿਖੇ ਪ੍ਰਸ਼ਾਸਨਿਕ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੀਤਾ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੀ ਸੋਨੀ ਨੇ ਕਿਹਾ ਕਿ ਕੋਰੋਨਾ ਫਿਰ ਤੇਜ਼ੀ ਨਾਲ ਆਪਣੇ ਪੈਰ ਪਸਾ ਰਿਹਾ ਹੈ ਜੋ ਕਿ ਬਹੁਤ ਚਿੰਤਾ ਦਾ ਵਿਸ਼ਾ ਹੈ ਉਹਨਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਲੋਕਾਂ ਨੂੰ ਜਾਗਰੂਕ ਕਰਨ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਅਹਿਤਿਆਤ ਵਰਤਣ ਦੀ ਜ਼ਰੂਰਤ ਹੈ ਉਹਨਾਂ ਕਿਹਾ ਕਿ 95% ਤੋਂ ਜ਼ਿਆਦਾ ਲੋਕ ਬਿਨਾਂ ਮਾਸਕ ਤੋਂ ਘੁੰਮ ਰਹੇ ਹਨ ਜਿਸ ਕਰਕੇ ਕੋਰੋਨਾ ਦੇ ਕੇਸ ਵੱਧ ਰਹੇ ਹਨ ਸ਼੍ਰੀ ਸੋਨੀ ਨੇ ਕਿਹਾ ਕਿ ਸਰਕਾਰ ਲੋਕਾਂ ਦਾ ਇਲਾਜ ਕਰ ਸਕਦੀ ਹੈ ਪਰੰਤੂ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸਿਹਤ ਵਿਭਾਗ ਦੁਆਰਾ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਉਹਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਕੋਰੋਨਾ ਦੇ ਦੂਜੇ ਪੜਾਅ ਨੂੰ ਲੈ ਕੇ ਆਪਣੀ ਬੁਨਿਆਦੀ ਢਾਂਚੇ ਨੂੰ ਚੁਸਤ ਦਰੁਸਤ ਰੱਖਣ ਤਾਂ ਜੋ ਲੋੜ ਪੈਣ 'ਤੇ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ ਸ਼੍ਰੀ ਸੋਨੀ ਨੇ ਦੱਸਿਆ ਕਿ ਮੈਡੀਕਲ ਕਾਲਜ ਦੀ ਲੈਬ ਵਿੱਚ ਰੋਜ਼ਾਨਾ 13,000 ਤੋਂ ਵੱਧ ਕੋਰੋਨਾ ਦੇ ਟੈਸਟ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚ ਅੰਮ੍ਰਿਤਸਰ ਦੇ ਰੋਜ਼ਾਨਾ 3,000 ਤੋਂ ਵੱਧ ਲੋਕਾਂ ਦੇ ਟੈਸਟ ਹੋ ਰਹੇ ਹਨ ਉਹਨਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਹੁਣ ਤੱਕ 10,000 ਤੋਂ ਵੱਧ ਸਕੂਲੀ ਵਿਦਿਆਰਥਣ ਅਤੇ ਅਧਿਆਪਕਾਂ ਦੇ ਟੈਸਟ ਕੀਤੇ ਗਏ ਹਨ ਜਿਨ੍ਹਾਂ ਵਿੱਚ ਸਕੂਲੀ ਵਿਦਿਆਰਥੀ ਅਤੇ ਅਧਿਆਪਕ ਵੀ ਕੋਰੋਨਾ ਪੋਜ਼ਿਟਿਵ ਪਾਏ ਗਏ ਹਨ ਉਹਨਾਂ ਦੱਸਿਆ ਕਿ ਉਹ ਇਸ ਸੰਬੰਧ ਵਿੱਚ ਮੁੱਖ ਮੰਤਰੀ ਪੰਜਾਬ ਨਾਲ ਵਿਚਾਰ ਵਟਾਂਦਰਾ ਕਰਨਗੇ ਕਿ ਸਕੂਲਾਂ ਨੂੰ ਬੰਦ ਕਰਨ ਜਾਂ ਨਹੀਂ ਪ੍ਰੈਸ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਸ਼੍ਰੀ ਸੋਨੀ ਨੇ ਕਿਹਾ ਕਿ ਅਜੇ ਜ਼ਿਲ੍ਹੇ ਵਿੱਚ ਨਾਈਟ ਕਰਫਿਊ ਲਗਾਉਣ ਦਾ ਕੋਈ ਵਿਚਾਰ ਨਹੀਂ ਜੇਕਰ ਲੋੜ ਪਈ ਤਾਂ ਲਗਾਇਆ ਜਾਵੇਗਾ ਸ਼੍ਰੀ ਸੋਨੀ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਭੀੜ ਭੜੱਕੇ ਵਾਲੀ ਥਾਵਾਂ 'ਤੇ ਮਾਸਕ ਦੀ ਵਰਤੋਂ ਨਾ ਕਰਨ ਵਾਲਿਆਂ ਖਿਲਾਫ਼ ਜੁਰਮਾਨੇ ਵੀ ਕੀਤੇ ਜਾਣ ਅਤੇ ਇਹਨਾਂ ਦੀ ਵਰਤੋਂ ਨਾ ਕਰਨ ਵਾਲਿਆਂ ਦੇ ਟੈਸਟ ਵੀ ਕੀਤੇ ਜਾਣ ਸ਼੍ਰੀ ਸੋਨੀ ਨੇ ਕਿਹਾ ਕਿ ਜਿਹੜੇ ਦੁਕਾਨਦਾਰ ਖੁਦ ਮਾਸਕ ਨਹੀਂ ਪਾਉਂਦੇ ਅਤੇ ਆਉਣ ਵਾਲੇ ਗਾਹਕਾਂ ਨੂੰ ਬਿਨਾਂ ਮਾਸਕ ਤੋਂ ਦੁਕਾਨ ਵਿੱਚ ਦਾਖਲ ਹੋਣ ਦਿੰਦੇ ਹਨ ਦੇ ਵੀ ਟੈਸਟ ਕੀਤੇ ਜਾਣਗੇ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਉਹਨਾਂ ਕਿਹਾ ਕਿ ਉਹਨਾਂ ਨੇ ਖੁਦ ਵੀ ਵੈਕਸੀਨ ਲਗਵਾਈ ਹੈ ਅਤੇ ਇਸ ਦੇ ਨਾਲ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਪੁਲਿਸ ਕਮਿਸ਼ਨਰ ਅਤੇ ਹੋਰ ਉੱਚ ਅਧਿਕਾਰੀਆਂ ਵੱਲੋਂ ਵੀ ਵੈਕਸੀਨ ਲਗਾਈ ਗਈ ਹੈ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਖਹਿਰਾ ਨੇ ਕੋਰੋਨਾ ਦੀ ਦੂਜੀ ਲਹਿਰ ਨਾਲ ਨਿਪਟਣ ਲਈ ਪ੍ਰਸ਼ਾਸਨ ਵੱਲੋਂ ਪੂਰੇ ਇੰਤਜ਼ਾਮ ਕੀਤੇ ਗਏ ਹਨ ਜਿਸ ਵਿੱਚ ਆਕਸੀਜਨ ਦੀ ਸਪਲਾਈ ਡਾਕਟਰੀ ਅਮਲਾ ਆਦਿ ਸ਼ਾਮਲ ਹਨ ਸ਼੍ਰੀ ਖਹਿਰਾ ਨੇ ਦੱਸਿਆ ਕਿ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਨੂੰ ਯਕੀਨ ਬਣਾਇਆ ਜਾਵੇ ਤਾਂ ਜੋ ਕੋਰੋਨਾ ਦੀ ਦੂਜੀ ਲਹਿਰ ਤੋਂ ਬਚਿਆ ਜਾ ਸਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੁਲਿਸ ਕਮਿਸ਼ਨਰ ਡਾਕਟਰ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਪੁਲਿਸ ਵਿਭਾਗ ਵੱਲੋਂ ਦੁਕਾਨਦਾਰਾਂ ਨੂੰ ਮੁਫ਼ਤ ਵਿੱਚ ਮਾਸਕ ਵੰਡੇ ਜਾ ਰਹੇ ਹਨ ਅਤੇ ਪੁਲਿਸ ਥਾਣਿਆਂ ਵਿੱਚ ਆਉਣ ਵਾਲੇ ਲੋਕਾਂ ਨੂੰ ਵੀ ਮਾਸਕ ਦਿੱਤੇ ਜਾ ਰਹੇ ਹਨ ਅੰਮ੍ਰਿਤਸਰ ਤੋਂ ਪੱਤਰਕਾਰ ਲਲਿਤ ਸ਼ਰਮਾ ਦੀ ਰਿਪੋਰਟ ਅੱਜ ਅਸੀਂ ਕੋਰੋਨਾ ਰਿਵਿਊ ਦੀ ਮੀਟਿੰਗ ਜਿਹੜੀ ਅਸੀਂ ਪਹਿਲਾਂ ਕਰਦੇ ਸੀਗੇ ਸੋ ਅੱਜ ਜਿਸ ਤਰ੍ਹਾਂ ਤੁਸੀਂ ਵੇਖ ਰਹੇ ਹੋ ਥੋੜ੍ਹੇ ਕੇਸ ਵੱਧ ਰਹੇ ਨੇ ਸੋ ਉਹਦੇ ਕਰਕੇ ਅਸੀਂ ਮੀਟਿੰਗ ਰੱਖੀ ਸੀਗੀ ਸੋ ਸਾਰਿਆਂ ਦੇ ਅਸੀਂ ਸੁਝਾਓ ਵੀ ਲਏ ਸਾਰੇ ਅਫਸਰ ਸਮਾਨ ਦੇ ਉਹਦੇ ਨਾਲ ਨਾਲ ਹੋਸਪਿਟਲ ਸਾਡਾ ਮੈਡੀਕਲ ਕਾਲਜ ਸਿਵਲ ਹੋਸਪਿਟਲ ਸਾਰੇ ਡਾਕਟਰਾਂ ਦੇ ਅਸੀਂ ਵਿਊ ਲਏ ਨੇ ਸੋ ਸਾਰਾ ਹੀ ਅਸੀਂ ਇਸ ਮੀਟਿੰਗ 'ਚ ਅਸੀਂ ਡਿਸਕਸ਼ਨ ਕੀਤੀ ਆ ਸੋ ਡੀ ਸਾਹਿਬ ਨੇ ਦੱਸਿਆ ਕਿਉਂਕਿ ਡੀ ਸਾਹਿਬ ਨੇ ਪਹਿਲਾਂ ਵੀ ਮੀਟਿੰਗਾਂ ਕੀਤੀਆਂ ਨੇ ਸੋ ਕਾਫੀ ਜਿਹੜੇ ਨੇ ਹੁਣ ਥੋੜ੍ਹੇ ਜਿਹੇ ਕੇਸ ਜਿਹੜੇ ਨੇ ਉਹ ਸਾਡੇ ਅੰਮ੍ਰਿਤਸਰ ਡਿਸਟ੍ਰਿਕਟ ਦੇ ਸਾਰੇ ਪੰਜਾਬ 'ਚ ਵਧੇ ਨੇ ਸਾਰੇ ਹਿੰਦੁਸਤਾਨ 'ਚ ਵੱਧ ਰਹੇ ਨੇ ਪੰਜਾਬ 'ਚ ਵੀ ਕੇਸ ਜਿਹੜੇ ਨੇ ਉਹ ਵਧੇ ਨੇ ਸੋ ਉਹਦੇ ਕਰਕੇ ਅਸੀਂ ਅੱਜ ਸਾਰੀ ਮੀਟਿੰਗ ਲਈ ਦੇਖੋ ਦੇਖੋ ਜਿਹੜੇ ਕੇਸ ਵੱਧਦੇ ਜਾ ਰਹੇ ਨੇ ਸੋ ਅਸੀਂ ਅੱਜ ਸਾਰਾ ਇਹੋ ਹੀ ਮੀਟਿੰਗ 'ਚ ਸਾਰਾ ਰਿਵਿਊ ਕੀਤਾ ਕਿ ਕਿੰਨੇ ਕੇਸ ਜਿਹੜੇ ਨੇ ਸਾਡੇ ਡੇਲੀ ਆ ਰਹੇ ਨੇ ਹੁਣ ਸੋ ਤਕਰੀਬਨ ਟੈਸਟ ਸਾਡੇ ਬਹੁਤ ਹੋ ਰਹੇ ਨੇ ਅਸੀਂ ਸਾਡੀ ਜਿਹੜੀ ਅੰਮ੍ਰਿਤਸਰ ਦੀ ਲੈਬ ਹੈ ਉਹਦੇ 'ਚ 13,000 ਦੇ ਕਰੀਬ ਵੀ ਡੇਲੀ ਟੈਸਟ ਹੋ ਰਿਹਾ ਅੰਮ੍ਰਿਤਸਰ ਡਿਸਟ੍ਰਿਕਟ ਦਾ 3,000 ਦੇ ਕਰੀਬ ਜਿਹੜਾ ਉਹ ਟੈਸਟ ਡੇਲੀ ਹੋ ਰਿਹਾ ਸੋ ਉਹਦੇ 'ਚੋਂ ਡੇਲੀ ਜਿਹੜੇ ਨੇ 100 ਤੋਂ ਉੱਪਰ ਹੁਣ ਕੱਲ੍ਹ ਜਿਸ ਤਰ੍ਹਾਂ ਸਾਡੇ 135 ਦੇ ਕਰੀਬ ਜਿਹੜੇ ਪੋਜ਼ਿਟਿਵ ਆਏ ਨੇ ਅੰਮ੍ਰਿਤਸਰ ਡਿਸਟ੍ਰਿਕਟ ਦੇ ਉਹਦੇ 'ਚ 50-50 ਨੇ 50 ਰੂਰਲ ਨੇ 50 ਅਰਬਨ ਨੇ
ਸੋ ਉਹਦੇ ਕਰਕੇ ਅੱਜ ਜਿਹੜਾ ਅਸੀਂ ਇਹ ਫੈਸਲਾ ਕੀਤਾ ਕਿ ਜਿੱਥੇ ਵੀ ਲੋਕ ਮਾਸਕ ਨਹੀਂ ਪਾਉਂਦੇ ਸੋ ਉੱਥੇ ਅਸੀਂ ਟਸਟ ਜਿਹੜੇ ਨੇ ਕਹਿ ਰਹੇ ਨੇ ਸਿਮਰ ਸਰ ਜੀ ਨੂੰ ਕਿਹਾ ਹੋਰ ਟੀਮਾਂ ਜਿਹੜੀਆਂ ਸਾਡੀਆਂ ਸੈਂਪਲ ਲੈਂਦੀਆਂ ਨੇ ਉਹਨਾਂ ਨੂੰ ਕਿਹਾ ਉੱਥੇ ਤੁਸੀਂ ਜਿੱਥੇ ਭੀੜ ਵਾਲੇ ਇਲਾਕੇ ਉਹਨਾਂ ਦੇ ਜਿਹੜੇ ਨੇ ਉਹ ਤੁਸੀਂ ਸੈਂਪਲ ਲਓ ਉਹਨਾਂ ਦੇ ਟਸਟ ਕਰੋ ਸਾਰੇ ਜਿਹੜੇ ਮਾਸਕ ਨਹੀਂ ਪਾਉਂਦੇ ਦੇਖੋ ਹੁਣ ਲਵਾ ਰਹੇ ਨੇ ਹੁਣ ਤੇ ਪ੍ਰਾਈਵੇਟ ਵੀ ਲਵਾ ਰਹੇ ਨੇ ਸੋ ਵੈਕਸੀਨ ਜਿਹੜੀ ਆ ਲੱਗ ਰਹੀ ਆ ਸੋ ਹਰ ਇੱਕ ਬੰਦਾ ਸੋਚਦਾ ਕਿ ਇਹਦੇ ਨਾਲ ਬਚਾਅ ਹੋ ਸਕਦਾ ਵੈਕਸੀਨ ਜਿਹੜੀ ਆ ਉਹ ਸਾਰਿਆਂ ਨੂੰ ਲੱਗਣੀ ਆ ਚਾਹੇ ਮੁਲਾਜ਼ਮ ਆ ਚਾਹੇ ਸਾਡੇ ਪ੍ਰਾਈਵੇਟ ਨੇ ਸੋ ਸਾਰਿਆਂ ਨੂੰ ਵੈਕਸੀਨ ਜਿਹੜੀ ਆ ਲੱਗਣੀ ਆ ਲਵਾਉਣੀ ਹੀ ਚਾਹੀਦੀ ਹੈ ਸਾਰਿਆਂ ਨੂੰ ਸਰ ਇਸ ਕਰਕੇ ਕੀਤਾ ਕਿਉਂਕਿ ਪਟਿਆਲਾ ਦੇ ਆਈਜੀ ਜਿਹੜੇ ਸੀ ਜਿੰਦਰ ਰੋਲ ਤੋਂ ਉਹਨਾਂ ਨੇ ਵੈਕਸੀਨੇਸ਼ਨ ਬੇਦੀ ਨੂੰ ਲਈ ਤਾਂ ਉਹ ਪੋਜ਼ਿਟਿਵ ਆ ਗਏ ਸੀ ਕੀ ਵੈਕਸੀਨੇਸ਼ਨ ਨੂੰ ਲੈ ਕੇ ਕੋਈ ਡਾਊਟ ਹੈ ਨਹੀਂ ਕੋਈ ਇਹੋ ਜਿਹੀ ਗੱਲ ਨਹੀਂ ਅਸੀਂ ਆਪ ਸਾਰਿਆਂ ਨੇ ਲਵਾਈ ਹੈ ਮੈਂ ਵੀ ਲਵਾਈ ਹੈ ਦੀਪ ਸਾਹਿਬ ਨੇ ਲਵਾਈ ਹੈ ਕਮੀਤ ਸਾਹਿਬ ਨੇ ਲਵਾਈ ਹੈ ਅਸੀਂ ਜਿੰਨੇ ਬੈਠੇ ਇੱਥੇ ਤੁਹਾਡੇ ਕੋਲ ਸਾਰਿਆਂ ਨੇ ਵੈਕਸੀਨ ਲਵਾਈ ਆ ਸੋ ਜੀ ਕੋਈ ਗੱਲ ਨਹੀਂ ਇਹ 28 ਦਿਨਾਂ ਬਾਅਦ ਫਿਰ ਇੱਕ ਵਾਰ ਦੁਬਾਰਾ ਡੋਜ਼ ਦੂਜੀ ਡੋਜ਼ ਜਿਹੜੀ ਆ ਉਹ ਲਵਾਉਣੀ ਪੈਂਦੀ ਆ ਸੋ ਤੁਹਾਨੂੰ ਇਹ ਵੀ ਪਤਾ ਸੀਐਮ ਸਾਹਿਬ ਨੇ ਆਪ ਲਵਾਈ ਹੈ ਖੁਦ ਸਾਰੇ ਪੰਜਾਬ 'ਚ ਸਾਡੇ ਮਿਨਿਸਟਰ ਸਾਹਿਬਾਨ ਲਵਾ ਰਹੇ ਨੇ ਸਾਰਿਆਂ ਨੇ ਅਸੀਂ ਲਵਾਈਆਂ ਨੇ ਸੋ ਸਾਰੇ ਲਵਾ ਰਹੇ ਨੇ ਸੋ ਸਾਰੇ ਜਿਹੜੇ ਇੰਪਲਾਈ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਸਗੋਂ ਪਹਿਲ ਦਿੱਤੀ ਅਸੀਂ ਆਪਣੇ ਸਟਾਫ ਨੂੰ ਹਸਪਤਾਲਾਂ 'ਚ ਸਾਡਾ ਜਿੰਨਾ ਵੀ ਮੈਡੀਕਲ ਦਾ ਸਟਾਫ ਆ ਸਭ ਤੋਂ ਪਹਿਲਾਂ ਪਹਿਲ ਹੀ ਉਹਨਾਂ ਨੂੰ ਦਿੱਤੀ ਹੈ ਸਾਰੇ ਲਵਾ ਰਹੇ ਨੇ ਮੈਸੇਜ ਕਿ ਸਖਤੀ ਕਰਨ ਤੇ ਮਜਬੂਰ ਨਾ ਕਰੋ ਐਸੇ ਨੇ ਜਿਵੇਂ ਪੰਜਾਬ ਗਵਰਨਮੈਂਟ ਨੇ ਕਿਹਾ ਸੀ 1000 ਰੁਪਇਆ ਫਾਈਨ ਪੁਲਿਸ ਕਮਿਸ਼ਨਰ ਸਾਹਿਬ ਨਹੀਂ ਕਰ ਰਹੇ ਅੰਮ੍ਰਿਤਸਰ ਦੇ ਵਿੱਚ ਕਿਉਂਕਿ ਲੋਕ ਮੰਨ ਨਹੀਂ ਰਹੇ ਕੋਈ ਮੈਸੇਜ ਤੁਹਾਡੇ ਵੱਲੋਂ ਵੀ ਨਹੀਂ ਮੰਨਣਗੇ ਤੇ ਸਖਤੀ ਕੀਤੀ ਜਾਏਗੀ ਦੇਖੋ ਅੱਜ ਅਸੀਂ ਇਹੋ ਫੈਸਲਾ ਕੀਤਾ ਹੁਣ ਗਰੀਬ ਬੰਦਾ ਜਿੱਥੇ ਰੇਹੜੀ ਵਾਲਾ ਕੋਈ ਰਿਕਸ਼ੇ ਵਾਲਾ ਉਹਦੇ ਕੋਲ 1000 ਰੁਪਇਆ ਦੇਣਾ ਜਿਹੜਾ ਉਹ ਹੈ ਹੁੰਦਾ ਨਹੀਂ 1000 ਰੁਪਇਆ ਗਰੀਬ ਵਾਸਤੇ ਸੋ ਅਸੀਂ ਅੱਜ ਇਹ ਫੈਸਲਾ ਮੀਟਿੰਗ 'ਚ ਕੀਤਾ ਕਿ ਜਿਹੜੇ ਇਸ ਤਰ੍ਹਾਂ ਦੇ ਲੋਕ ਪਾਉਂਦੇ ਨੇ ਉਹਨਾਂ ਦੇ ਟੈਸਟ ਜਿਹੜੇ ਨੇ ਉਹ ਜ਼ਰੂਰ ਕਰਾਏ ਕਰ ਉਹ ਅੱਜ ਉਹ ਵੀ ਅਸੀਂ ਫੈਸਲਾ ਲਿਆ ਕਿ ਉਹ ਵੀ ਅਸੀਂ ਜਿਹੜਾ ਵੈਨਾਂ ਜਿਹੜੀਆਂ ਦੁਬਾਰਾ ਜਿਹੜੀਆਂ ਨੇ ਸ਼ੁਰੂ ਕਰ ਦੇਖੋ ਅੱਜ ਮੀਟਿੰਗ 'ਚ ਵੀ ਫੈਸਲਾ ਲਿਆ ਅਸੀਂ ਫਰੀ ਜਿਹੜੇ ਮਾਸਕ ਜਿਹੜੇ ਨੇ ਅੱਗੇ ਪੁਲਿਸ ਵੱਲੋਂ ਸਾਡੇ ਕਮਿਸ਼ਨਰ ਸਾਹਿਬ ਜਿਹੜੇ ਨੇ ਕੱਲ੍ਹ ਵੀ ਵੰਡ ਕੇ ਆਏ ਨੇ ਅਸੀਂ ਸਿਵਲ ਸਰਜਨ ਨੂੰ ਹਦਾਇਤਾਂ ਕੀਤੀਆਂ ਨੇ ਆਪਣੇ ਮੈਡੀਕਲ ਕਾਲਜ 'ਚ ਕਿਹਾ ਕਿ ਇਹਨਾਂ ਨੂੰ 20-20 ਹਜ਼ਾਰ ਤਕਰੀਬਨ ਮਾਸਕ ਜਿਹੜਾ ਪੁਲਿਸ ਸਟੇਸ਼ਨਾਂ 'ਚ ਹਰ 2-2-3-3 ਹਜ਼ਾਰ ਭੇਜਿਆ ਜਾਵੇ ਜਿਹੜੇ ਲੋਕ ਜਿਹੜੇ ਨੇ ਮਾਸਕ ਪਾਉਂਦੇ ਨਹੀਂ ਹਰ ਪੁਲਿਸ ਸਟੇਸ਼ਨ ਵਾਈਜ਼ ਉਹਨਾਂ ਨੂੰ ਜਿਹੜੇ ਮਾਸਕ ਜਿਹੜੇ ਨੇ ਉਹ ਵੰਡੇ ਜਾਣ ਦਿੱਤੇ ਜਾਣ ਵੇਖੋ ਹਜੇ ਇਹੋ ਜਿਹਾ ਕੋਈ ਵਿਚਾਰ ਨਹੀਂ ਕੀਤਾ ਕਿਉਂਕਿ ਲੋਕਾਂ ਨੂੰ ਅਵੇਅਰ ਕਰਨ ਦੀ ਲੋੜ ਹੈ ਸੋ ਅਸੀਂ ਵੇਖ ਰਹੇ ਹਾਂ ਜੇ ਲੋੜ ਪਏਗੀ ਫਿਰ ਡੀ ਸਾਹਿਬ ਨੇ ਅੱਗੇ ਮੀਟਿੰਗ 'ਚ ਕਿਹਾ ਜੇ ਲੋੜ ਪਏਗੀ ਤਾਂ ਫਿਰ ਲਾਇਆ ਵੀ ਜਾ ਸਕਦਾ ਪਰ ਅਜੇ ਇਹੋ ਜਿਹੀ ਕੋਈ ਗੱਲ ਨਹੀਂ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਕਿ ਮਾਸਕ ਪਾਓ ਜਿਹੜੇ ਖਾਸ ਕਰਕੇ ਸ਼ੋਪਕੀਪਰ ਨੇ ਉਹਨਾਂ ਨੂੰ ਵੇਖਿਆ ਜਾ ਰਿਹਾ ਉਹਨਾਂ ਦੀ ਚੈਕਿੰਗ ਜਿਹੜੀ ਆ ਕਿ ਜਿਹੜੇ ਦੁਕਾਨ 'ਤੇ ਕੋਈ ਕਸਟਮਰ ਜਾਂਦਾ ਪਹਿਲੋਂ ਜਿਹੜਾ ਦੁਕਾਨਦਾਰ ਹੈ ਉਹਨੇ ਮਾਸਕ ਪਾਇਆ ਨਹੀਂ ਪਾਇਆ ਜੇ ਨਹੀਂ ਤਾਂ ਅਸੀਂ ਇਹ ਵੀ ਕਹਿਤਾ ਕਮੀਤ ਸਾਹਿਬ ਬੈਠੇ ਨੇ ਇਹ ਵੀ ਕਹਿਤਾ ਫੈਸਲਾ ਲਿਆ ਕਿ ਉਹਦਾ ਵੀ ਜਿਹੜਾ ਟੈਸਟ ਜਿਹੜਾ ਉਹਦਾ ਕਰਾਇਆ ਜਾਵੇ ਕਿ ਉਹ ਪੋਜ਼ਿਟਿਵ ਆ ਕਿ ਨੈਗੇਟਿਵ ਆ ਜਿਹੜੀ ਕਪੈਸਿਟੀ ਆ ਨਾ ਸਾਡੀ ਮੈਂ ਤੁਹਾਨੂੰ ਅੱਗੇ ਵੀ ਆਲਰੇਡੀ ਦੱਸਿਆ ਕਿ ਮੈਡੀਕਲ ਅੰਮ੍ਰਿਤਸਰ 'ਚ 13,000 ਦੇ ਕਰੀਬ ਟੈਸਟ ਜਿਹੜੇ ਨੇ ਉਹ ਵੀ ਹੋ ਰਹੇ ਨੇ ਕਿਸੇ ਦਿਨ ਸੋ ਡਿਸਟ੍ਰਿਕਟ ਅੰਮ੍ਰਿਤਸਰ ਦੇ ਅੱਗੇ ਨਾਲੋਂ ਅਸੀਂ ਟੈਸਟ ਵਧਾ ਦਿੱਤੇ ਨੇ 3,000 ਡੇਲੀ ਟੈਸਟ ਜਿਹੜਾ ਅੰਮ੍ਰਿਤਸਰ ਡਿਸਟ੍ਰਿਕਟ ਦਾ ਹੋ ਗਿਆ ਹਾਂ ਹਾਂ ਇਹ ਜਿਹੜੀ ਤੁਹਾਡਾ ਸਵਾਲ ਹੈ ਬੜਾ ਵਾਜਬ ਆ ਸੋ ਸਕੂਲਾਂ 'ਚ ਅਸੀਂ ਸਰਵੇ ਕਰਾਇਆ ਅਸੀਂ ਟੀਮਾਂ ਭੇਜ ਕੇ 20% ਦੇ ਕਰੀਬ ਜਿਹੜੇ ਨੇ ਉਹ ਟੀਚਰ ਅਤੇ ਬੱਚੇ ਜਿਹੜੇ ਨੇ ਪੋਜ਼ਿਟਿਵ ਜਿਹੜੇ ਨੇ ਉਹ ਪਾਏ ਗਏ ਨੇ ਸੋ ਉੱਥੇ ਵੀ ਥੋੜ੍ਹਾ ਜਿਹਾ ਵੇਖਿਆ ਜਾ ਰਿਹਾ ਕਿ ਕੀ ਸਰਕਾਰ ਲੈਵਲ 'ਤੇ ਕੀ ਫੈਸਲਾ ਹੁੰਦਾ ਸੋ ਅਸੀਂ ਮੈਂ ਵੀ ਇਹਦਾ ਧਿਆਨ ਜਿਹੜਾ ਇਹ ਗੱਲ ਮੈਂ ਸੀਐਮ ਸਾਹਿਬ ਨਾਲ ਵੀ ਕਰੂੰਗਾ ਕਿ ਆਹ ਅੰਕੜੇ ਜਿਹੜੇ ਨੇ ਉਹ ਸਕੂਲਾਂ ਦੇ ਆ ਰਹੇ ਨੇ
ਕੀ ਡਿਸੀਜਨ ਲੈਣਾ ਇਹ ਸਰਕਾਰ ਲੈਵਲ 'ਤੇ ਲਿਆ ਜਾਏਗਾ। ਸਕੂਲ ਜਿਹੜੇ ਨੇ ਉਹ ਖੁੱਲ੍ਹੇ ਰੱਖਣੇ ਆ ਕਿ ਜਾਂ ਕੋਈ ਇਹੋ ਜਿਹਾ ਸਟੈਪ ਲੈਣਾ। ਸੋ ਇਹ ਅਜੇ ਵੇਖਿਆ ਜਾ ਰਿਹਾ। ਵੇਖੋ ਗਾਈਡਲਾਈਨ 'ਤੇ ਜੀ ਇਹੋ ਹੀ ਆ ਵੀ ਸਾਨੂੰ ਤਿਆਰ ਰੱਖਣ ਦੀ ਲੋੜ ਆ, ਸਾਨੂੰ ਤਿਆਰ ਰੱਖਣ ਦੀ ਲੋੜ ਹੈ। ਲੋਕਾਂ ਦਾ ਆਪਣਾ ਹੀ ਫਰਜ਼ ਬਣਦਾ ਕਿ ਲੋਕ ਮਾਸਕ ਪਾ ਕੇ ਰੱਖਣ, ਦੂਰੀ ਬਣਾ ਕੇ ਰੱਖਣ। ਸੋ ਇਹ ਲੋਕਾਂ ਨੂੰ ਅਵੇਅਰ ਕਰਨਾ ਤਾਂ ਸਰਕਾਰਾਂ ਦਾ ਕੰਮ ਹੈਗਾ ਹੀ ਆ, ਪਰ ਲੋਕਾਂ ਦਾ ਵੀ ਫਰਜ਼ ਬਣਦਾ ਕਿ ਲੋਕ ਆਪ ਵੀ ਧਿਆਨ ਦੇਣ। ਜਦੋਂ ਕੋਈ ਮੁਸ਼ਕਿਲ ਪਰਿਵਾਰਾਂ 'ਤੇ ਆਉਂਦੀ ਹੈ ਫਿਰ ਪਤਾ ਲੱਗਦਾ ਕਿ ਇਹ ਬੜੀ ਵੱਡੀ ਮੁਸ਼ਕਿਲ ਆ, ਬੜੀ ਇਹ ਭਿਆਨਕ ਬਿਮਾਰੀ ਆ ਕਰੋਨਾ ਦੀ। ਹੁਣ ਡੈਥ ਜਿਹੜੀਆਂ ਨੇ ਉਹ ਸਾਡੀਆਂ ਪਿੱਛੇ ਇੱਕ ਦਿਨ 6 ਡੈਥਸ ਹੋਈਆਂ ਨੇ ਅੰਮ੍ਰਿਤਸਰ 'ਚ, ਕੱਲ੍ਹ ਵੀ 2 ਹੋਈਆਂ ਨੇ। ਸੋ ਜਿਹਨਾਂ ਪਰਿਵਾਰਾਂ 'ਚੋਂ ਕੋਈ ਮੈਂਬਰ ਜਿਹੜਾ ਜਿਹਦੀ ਜਾਨ ਜਾਂਦੀ ਆ ਉਹਨਾਂ ਪਰਿਵਾਰਾਂ ਨੂੰ ਪੁੱਛ ਕੇ ਵੇਖੀਏ। ਸੋ ਇਸ ਕਰਕੇ ਤਿਆਰ ਰੱਖਣ ਦੀ ਲੋੜ ਆ, ਕੋਈ ਘਬਰਾਉਣ ਵਾਲੀ ਵੀ ਐਡੀ ਲੋੜ ਨਹੀਂ, ਪਰ ਤਿਆਰ ਰੱਖਣਾ ਜਿਹੜਾ ਉਹ ਤਾਂ ਸਾਡਾ ਫਰਜ਼ ਬਣਦਾ ਨਾ ਲੋਕਾਂ ਦਾ। ਨਾ ਹਜੇ ਕੋਈ ਇਹੋ ਜਿਹੀ ਗੱਲ ਨਹੀਂ, ਹਜੇ ਸਰਕਾਰ ਦਾ ਕੋਈ ਇਹੋ ਜਿਹਾ ਡਿਸੀਜਨ ਨਹੀਂ ਕਿ ਮਾਲ ਜਾਂ ਅਸੀਂ ਸਿਨਮੇ ਕੋਈ ਬੰਦ ਕਰੀਏ, ਇਹੋ ਜਿਹੀ ਕੋਈ ਗੱਲ ਨਹੀਂ। ਹੁਣ ਤਾਂ ਅਸੀਂ ਸਾਰੇ ਫੰਕਸ਼ਨ ਵੀ ਪੂਰੇ ਹੋ ਰਹੇ ਨੇ, ਸਾਰਾ ਕੁਝ ਖੁੱਲ੍ਹਾ। ਸੋ ਹਜੇ ਇਹੋ ਜਿਹਾ ਕੋਈ ਸਰਕਾਰ ਦਾ ਡਿਸੀਜਨ ਨਹੀਂ। ਸੋ ਅੱਗੇ ਵੀ ਇਕੋਨਮੀ ਦਾ ਬੜਾ ਨੁਕਸਾਨ ਹੋ ਚੁੱਕਾ। ਸੋ ਲੋਕ ਤਿਆਰ ਰੱਖਣ ਨਾ, ਤਿਆਰ ਰੱਖਣ ਲੋਕ, ਲੋਕ ਜਿਹੜੀਆਂ ਗਾਈਡਲਾਈਨ ਸਰਕਾਰਾਂ ਦੀਆਂ ਉਹ ਫਾਲੋ ਕਰਨ। ਸੋ ਇਹ ਤਾਂ ਲੋਕਾਂ ਦਾ ਫਰਜ਼ ਬਣ ਜਾਣਾ। ਬਾਕੀ ਅਜੇ ਮਾਲ ਜਾਂ ਸਿਨਮੇ ਜਾਂ ਹੋਰ ਕੋਈ ਦਾਰਾ ਬੰਦ ਕਰਨ ਦਾ ਸਰਕਾਰ ਦਾ ਕੋਈ ਇਹਦੇ 'ਚ ਵਿਚਾਰ ਨਹੀਂ। ਅਸੀਂ ਵੇਖ ਰਹੇ ਹਾਂ, ਅੱਜ ਵੀ ਅਸੀਂ L2 ਦਾ ਅਸੀਂ ਮੀਟਿੰਗ 'ਚ ਡਿਸੀਜਨ ਲੈ ਰਹੇ ਸੀ, ਕੋਈ ਸੈਨ ਜਿਹੜੀ ਆ ਜੀ ਲਾਈਨ ਜਿਹੜੀ ਆ ਉਹ ਬਣਾਈ ਜਾਏਗੀ, ਜਲਦੀ ਉਹਦੇ 'ਤੇ ਫੈਸਲਾ ਲਿਆ ਜਾਏਗਾ। ਕੋਈ ਇਹੋ ਜਿਹੀ ਗੱਲ ਨਹੀਂ, ਕੋਈ ਇਹੋ ਜਿਹੀ ਗੱਲ ਨਹੀਂ। ਅਜੇ ਸਾਰੇ ਜਿਹੜੇ ਟੈਸਟ ਜਿਹੜੇ ਨੇ ਉਹ ਇੱਥੇ ਹੀ ਹੋ ਰਹੇ ਨੇ। ਸੋ ਡੇਲੀ ਟੈਸਟ ਜਿਹੜੇ ਨੇ ਸਾਡੇ ਅੱਜ ਤੱਕ ਪੰਜਾਬ 'ਚ ਤੁਸੀਂ ਵੇਖੋ ਵੀ ਕਿੰਨੇ ਟੈਸਟ ਹੋ ਚੁੱਕੇ ਨੇ। ਸੋ ਸਪੀਡ ਅਸੀਂ ਘਟਾਈ ਨਹੀਂ, ਵਧਾਈ ਆ, ਕਿਉਂਕਿ ਜਿੰਨੇ ਹੀ ਟੈਸਟ ਹੋ ਜਾਣ ਮੈਂ ਸਮਝਦਾ ਉਨੇ ਜ਼ਰੂਰੀ ਆ। ਸੋ ਟੈਸਟ ਜਿਹੜੇ ਨੇ ਅਸੀਂ ਵਧਾ ਰਹੇ, ਵਧਾਉਣ ਵਾਲੇ ਬੰਨੇ ਜਾ ਰਹੇ ਹਾਂ। ਸਾਡਾ ਅੰਮ੍ਰਿਤਸਰ ਡਿਸਟ੍ਰਿਕਟ 'ਚ ਡੇਲੀ ਜਿਹੜਾ ਉਹ 10,000 ਵੀ ਹੋ ਰਿਹਾ, 12,000 ਵੀ ਹੋ ਰਿਹਾ, ਕੱਲ੍ਹ ਪਰਸੋਂ 13,000 ਵੀ ਹੋਇਆ ਇੱਕੋ ਦਿਨ। ਸੋ ਟੈਸਟ ਵੱਲੋਂ ਹਰ ਸਾਡੇ ਮੈਡੀਕਲ ਕਾਲਜ 'ਚ ਜਿਹੜੇ ਨੇ ਉਹ ਟੈਸਟ ਜਿਹੜੇ ਨੇ ਉਹ ਵਧਾਏ ਜਾ ਰਹੇ ਨੇ, ਘੱਟ ਵਾਲੇ ਬੰਨੇ ਨਹੀਂ ਅਸੀਂ ਜਾ ਰਹੇ।